ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜੰਡਿਆਲਾ ਮੰਸਕੀ ਸਥਾਨਕ ਕਸਬੇ ਵਿੱਚ ਫਗਵਾੜਾ ਰੋਡ ਤੇ ਰਾਧਾ ਸਵਾਮੀ ਸਤਸੰਗ ਘਰ ਨੇੜਲੀ ਕਲੋਨੀ ਵਿੱਚ ਸਰਕਾਰੀ ਮੁਲਾਜ਼ਮ ਦੰਪਤੀ ਦੇ ਘਰੋਂ ਚੋਰਾਂ ਨੇ ਉਦੋਂ ਜੰਦਰੇ ਅਤੇ ਅਲਮਾਰੀਆਂ ਭੰਨ ਕੇ ਚੋਰੀ ਕਰ ਲਈ ਜਦੋਂ ਦੰਪਤੀ ਆਪੋ ਆਪਣੀ ਡਿਊਟੀ ਤੇ ਗਏ ਹੋਏ ਸਨ। ਉੱਥੇ ਉਹਨਾਂ ਦੀ ਬੇਟੀ ਵੀ ਸਕੂਲ ਗਈ ਹੋਈ ਸੀ। ਘਰ ਦੇ ਮੁਖੀ ਪਲਵਿੰਦਰ ਸਿੰਘ ਸਮਰਾ ਜੋ ਕਿ ਸਹਿਕਾਰੀ ਬੈਂਕ ਵਿੱਚ ਮੁਲਾਜ਼ਮ ਹਨ ਨੇ ਦੱਸਿਆ ਕਿ ਉਹ ਆਪਣੀ ਪਤਨੀ ਜੋ ਕਿ ਬਲਾਕ ਅਧਿਕਾਰੀ ਨਾਲ ਦਿਨੇ ਡਿਊਟੀ ਤੇ ਗਏ ਹੋਏ ਸਨ ਅਤੇ ਉਹਨਾਂ ਦੀ ਬੇਟੀ ਵੀ ਸਕੂਲ ਗਈ ਹੋਈ ਸੀ। ਡਿਊਟੀ ਤੋਂ ਵਾਪਸ ਘਰ ਆਉਣ ਤੋਂ ਪਹਿਲਾਂ ਸਕੂਲੋਂ ਘਰ ਪਹੁੰਚੀ ਬੇਟੀ ਨੇ ਜਦੋਂ ਘਰ ਦਾ ਮੇਨ ਗੇਟ ਖੋਲ ਕੇ ਅੰਦਰ ਦੇਖਿਆ ਤਾਂ ਘਰ ਦੇ ਸਾਰੇ ਜਿੰਦਰੇ ਟੁੱਟੇ ਹੋਏ ਸਨ ਅਤੇ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ। ਅਸੀਂ ਗਏ ਸੀ ਭਾਜੀ, ਮਤਲਬ ਪਹਿਲਾਂ ਡਿਊਟੀਆਂ ਤੇ ਗਏ ਹੋ ਸੀਗੇ, ਡਿਊਟੀ ਤੇ ਜਾਣੇ ਤਾਂ ਸਾਡੇ ਆਉਂਦਿਆਂ ਨੂੰ ਮੁੜ ਕੇ ਸਾਰਾ ਕੁਛ ਹੀ ਮਤਲਬ ਇੱਥੇ ਭੰਨ ਤੋੜ ਕੀਤੀ ਹੋ ਸੀਗੀ। ਕੁਛ ਸਾਡਾ ਸਮਾਨ ਸੀਗਾ, ਕੁਛ ਬਾਹਰੋਂ ਆਏ ਸੀ ਕੈਨੇਡਾ ਤੋਂ ਥੋੜ੍ਹੇ ਚਰੀ ਹੋਏ ਤਾਂ $3,000 ਦੇ ਲਾ ਕੇ ਕੋਈ 7 ਤੋਲੇ ਸੋਨਾ ਸੀ, 70,000 ਨਕਦੀ ਸੀਗੀ। ਉਹ ਸਾਰੇ ਸਾਡੇ ਆਉਂਦਿਆਂ ਨੂੰ ਜਦੋਂ ਬੇਟੀ ਆਈ ਸਕੂਲ ਤੋਂ ਉਹਨੇ ਦੇਖਿਆ, ਅਸੀਂ ਵੀ ਆ ਕੇ ਦੇਖਿਆ ਤਾਂ ਜਦੋਂ ਬਾਅਦ ਵਿੱਚ ਅਤੇ ਸਾਰਾ ਖਿਲਾ ਸਮਾਨ ਖਿਲਰਿਆ ਪਤਰਿਆ ਸੀਗਾ ਤਾਂ ਤਕਰੀਬਨ 5-6 ਲੱਖ ਦੇ ਲਾਗੇ ਨੁਕਸਾਨ ਹੋ ਗਿਆ। ਬਿਊਰੋ ਰਿਪੋਰਟ ਸਾਂਝ ਟੀਵੀ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।